मौजूदा कांग्रेस सरकार आ वो आके बार बार यही कोशिश करती है, कदे 50 मुंडे लियांदे, कदे की आ धक्केशाही करन दी कोशिश करती आ, पर आम आदमी पार्टी दे वलंटियर पूरी तरह कायम ने, किसे तरह धक्केशाही नहीं होण देवांगे। जे कांग्रेस सरकार दा इत्थों दा मंत्री आ जिहड़ा धक्केशाही करदा तां असीं उहदा मूँह तोड़वां जवाब देवांगे जी। ਜਿਹੜੀਆਂ ਸਰਕਾਰਾਂ ਦੀਆਂ ਜੇ ਕਾਂਗਰਸ ਚਾਹੇ ਧੱਕੇ ਸਹੀ ਕਰ ਰਹੀ ਆ ਚਾਹੇ ਭਾਜਪਾ ਕਰ ਰਹੀ ਆ, ਇਹਨਾਂ ਨੂੰ ਮੂੰਹ ਤੋੜਵਾਂ ਲੋਕ ਜਵਾਬ ਦਿੰਦੇ ਨੇ। ਤੁਸੀਂ ਪਲ ਪਲ ਦੀ ਖਬਰ ਜਿਹੜੀ ਆ ਚੜ੍ਹਦੀ ਕਲਾ ਟਾਈਮ ਟੀਵੀ 'ਤੇ ਚੋਣਾਂ ਸੰਬੰਧੀ ਦਿਖਾ ਰਹੇ ਹਾਂ, ਤੁਹਾਨੂੰ ਇੱਕ ਹੋਰ ਵੀ ਜਿਹੜਾ ਤਸਵੀਰਾਂ ਦਿਖਾ ਦੀਆਂ, ਜਿਸ ਤਰ੍ਹਾਂ ਵੱਖ ਵੱਖ ਜਗ੍ਹਾ 'ਤੇ ਹਰ ਹਰ ਪਾਰਟੀ ਜਿਹੜੇ ਬੂਥ ਲੱਗੇ ਹੋਏ ਨੇ, ਮਾਫ ਕਰਨਾ ਬੂਥ ਲੱਗੇ ਹੋਏ ਨੇ, ਤੁਹਾਨੂੰ ਇੱਕ ਬੂਥ ਇਹ ਵੀ ਦਿਖਾ ਦੀਏ ਬੀਜੇਪੀ ਜਿਹੜਾ ਬੂਥ ਲੱਗਿਆ ਗਿਆ, ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਜਿਹੜਾ ਬਿਲਕੁਲ ਖਾਲੀ ਨਜ਼ਰ ਆ ਰਿਹਾ, ਕਿਉਂਕਿ ਲਗਾਤਾਰ ਕਿਸਾਨੀ ਸੰਘਰਸ਼ ਆ ਰਿਹਾ ਸੀ ਜਿਸ ਨੂੰ ਲੈ ਕੇ ਹਰ ਵਰਗ ਵਾਲਾ ਕਿਸਾਨੀ ਦਾ ਸਾਥ ਦੇ ਰਿਹਾ ਸੀ, ਪਰ ਜਿਹੜਾ ਬੂਥ ਤੁਸੀਂ ਦੇਖ ਰਹੇ ਹੋ ਕਿਸ ਤਰ੍ਹਾਂ ਬੂਥ ਤਾਂ ਜ਼ਰੂਰ ਲੱਗਿਆ ਹੋਇਆ ਪਰ ਬੀਜੇਪੀ ਦਾ, ਪਰ ਕੋਈ ਵੀ ਜਿਹੜਾ ਬੂਥ ਦੇ ਵਿੱਚ ਜਿਹੜਾ ਬੈਠਣ ਨੂੰ ਜਿਹੜਾ ਕੋਈ ਵੀ ਜਿਹੜਾ ਤਿਆਰ ਨਹੀਂ ਹੈ। ਤੁਹਾਨੂੰ ਤਸਵੀਰਾਂ ਦਿਖਾ ਦੀਆਂ ਕਿਉਂਕਿ ਲਗਾਤਾਰ ਜਿਹੜਾ ਕਿਸਾਨੀ ਦੇ ਸੰਘਰਸ਼ ਦੀ ਗੱਲ ਕੀਤੀ ਜਾਵੇ, ਲਗਾਤਾਰ ਕਿਸਾਨ ਦਿੱਲੀ ਦੇ ਵੀ ਡਟੇ ਹੋਏ ਨੇ ਆਪਣੀ ਹੱਕੀ ਮੰਗਾਂ ਨੂੰ ਲੈ ਕੇ, ਪਰ ਕਿਤੇ ਨਾ ਕਿਤੇ ਜਿਹੜੇ ਲੋਕ ਨੇ ਉਹ ਵੀ ਜਿਹੜਾ ਇਸ ਕਰਕੇ ਗੁਰੇਜ਼ ਕਰ ਰਹੇ ਨੇ ਕਿਉਂਕਿ ਕਿਸਾਨੀ ਦਾ ਮਸਲਾ। ਤੁਸੀਂ ਤਸਵੀਰਾਂ ਤੁਹਾਨੂੰ ਦਿਖਾ ਦੀਏ, ਹਰ ਬੂਥ 'ਤੇ ਕੋਈ ਨਾ ਕੋਈ ਜਿਹੜਾ ਉਹਨਾਂ ਦਾ ਸਪੋਰਟਰ ਵਰਕਰ ਸਾਹਿਬਾਨ ਸਾਰੇ ਜਿਹੜੇ ਮੌਜੂਦ ਨੇ, ਪਰ ਜਿਹੜਾ ਬੀਜੇਪੀ ਦੀ ਜਿਹੜੀ ਤਸਵੀਰ ਆ ਉਹ ਬਿਲਕੁਲ ਸਾਫ਼ ਨਜ਼ਰ ਆ ਰਹੀ ਹੈ। ਕੋਈ ਵੀ ਜਿਹੜਾ ਉਹਨਾਂ ਦਾ ਨੁਮਾਇੰਦਾ, ਕੋਈ ਵੀ ਵਰਕਰ ਸਾਹਿਬਾਨ ਹੈ, ਕੋਈ ਵੀ ਜਿਹੜਾ ਅਧਿਕਾਰੀ ਉੱਥੇ ਨਹੀਂ ਬੈਠਿਆ। ਆਮ ਆਦਮੀ ਪਾਰਟੀ ਦੀ ਗੱਲ ਕੀਤੀ ਜਾਵੇ, ਇੱਥੇ ਵੀ ਜਿਹੜਾ ਵਰਕਰ ਸਾਹਿਬਾਨ ਮੌਜੂਦ ਨੇ, ਪਰ ਬੀਜੇਪੀ ਦੀ ਗੱਲ ਕੀਤੀ ਜਾਵੇ ਇੱਕ ਵੀ ਜਿਹੜਾ ਉਹਨਾਂ ਦਾ ਸਪੋਰਟਰ ਅਤੇ ਵੋਟਰ ਜਿਹੜਾ ਆਪਾਂ ਕਹਿ ਸਕਦੇ ਹਾਂ ਉਸ ਜਗ੍ਹਾ 'ਤੇ ਨਹੀਂ ਮੌਜੂਦ। ਸਾਡੇ ਨਾਲ ਆਮ ਆਦਮੀ ਪਾਰਟੀ ਦੇ ਜੱਸੀ ਸੋਈਆਂ ਜੀ ਸਾਡੇ ਨਾਲ ਮੌਜੂਦ ਨੇ, ਗੱਲਬਾਤ ਕਰਦੇ ਹਾਂ। ਬਾਜੀ ਕਿੱਦਾਂ ਲੱਗ ਰਿਹਾ, ਕੀ ਹੁਣ ਸਥਿਤੀ ਕੀ ਹੈ, ਕੀ ਸਮਝਦੇ ਹੋ? ਦੇਖੋ, ਲੋਕਾਂ ਦਾ ਜਿਹੜਾ ਰੁਝਾਨ ਆ, ਲੋਕ ਵੋਟ ਪਾਉਣ ਆ ਰਹੇ ਨੇ, ਉਹ ਤੋਂ ਪਤਾ ਲੱਗਦਾ ਵੀ ਜਿਹੜੀ ਜਦੋਂ ਵੋਟ ਵੱਧ ਨਿਕਲੇ ਲੋਕਾਂ ਦੇ ਵਿੱਚ ਉਤਸ਼ਾਹ ਹੋਵੇ ਤਾਂ ਜਿਹੜੀ ਉਹ ਸਰਕਾਰਾਂ ਦੇ ਵਿਰੋਧੀ ਦੀ ਵੋਟ ਹੁੰਦੀ ਆ ਅਤੇ ਬਦਲਾਅ ਚਾਹੁੰਦੇ ਨੇ ਲੋਕ। ਪਰ ਜਿਹੜੀ ਮੌਜੂਦਾ ਕਾਂਗਰਸ ਸਰਕਾਰ ਆ ਉਹ ਆ ਕੇ ਵਾਰ ਵਾਰ ਇਹੀ ਕੋਸ਼ਿਸ਼ ਕਰਦੀ ਆ, ਕਦੇ 50 ਮੁੰਡੇ ਲਿਆਉਂਦੇ, ਕਦੇ ਕੀ ਆ ਧੱਕੇਸ਼ਾਹੀ ਕਰਨ ਦੀ ਕੋਸ਼ਿਸ਼ ਕਰਦੀ ਆ, ਪਰ ਆਮ ਆਦਮੀ ਪਾਰਟੀ ਦੇ ਵਲੰਟੀਅਰ ਪੂਰੀ ਤਰ੍ਹਾਂ ਕਾਇਮ ਨੇ, ਕਿਸੇ ਤਰ੍ਹਾਂ ਧੱਕੇਸ਼ਾਹੀ ਨਹੀਂ ਹੋਣ ਦੇਵਾਂਗੇ। ਜੇ ਕਾਂਗਰਸ ਸਰਕਾਰ ਦਾ ਇੱਥੋਂ ਦਾ ਮੰਤਰੀ ਜਿਹੜਾ ਉਹ ਧੱਕੇਸ਼ਾਹੀ ਕਰਦਾ ਤਾਂ ਅਸੀਂ ਉਹਦਾ ਮੂੰਹ ਤੋੜਵਾਂ ਜਵਾਬ ਦੇਵਾਂਗੇ ਜੀ। ਕੀ ਲੱਗਦਾ ਰਾਜਪੁਰੇ ਵਿੱਚ ਜਿਹੜੀ ਆ ਹੁਣ ਦੀ ਸਥਿਤੀ ਦੀ ਗੱਲ ਕੀਤੀ ਜਾਵੇ ਤਾਂ ਬੂਥ ਕੈਪਚਰਿੰਗ ਕੀਤੀ ਗਈ, ਉੱਥੇ ਲੜਾਈ ਝਗੜਾ ਵੀ ਹੋਇਆ, ਕਿ ਤੁਹਾਨੂੰ ਲੱਗਦਾ ਇੱਥੇ ਵੀ ਜਿਹੜੀ ਹੈ ਸਥਿਤੀ ਬਣਨ ਦੇ ਚਾਂਸ ਹੈਗੇ ਨੇ? ਨਹੀਂ, ਬਣਾ ਰਹੇ ਨੇ ਇਹ, ਮੈਂ ਤੁਹਾਨੂੰ ਦੱਸ ਰਿਹਾ ਵੀ ਕਦੇ 50 ਬੰਦੇ ਲਿਆਉਂਦੇ ਨੇ, ਕਦੇ 40 ਲਿਆਉਂਦੇ, ਹਰੇਕ ਅਸੀਂ ਜਗ੍ਹਾ ਜਾ ਰਹੇ ਹਾਂ ਅਤੇ ਉੱਥੇ ਹੀ ਇਹਨਾਂ ਨੇ ਪੋਜੀਸ਼ਨ ਬਣਾ ਰੱਖੀ ਹੈ ਵੀ ਕਦੋਂ ਅਸੀਂ ਕਬਜ਼ਾ ਕਰੀਏ। ਪ੍ਰਸ਼ਾਸਨ ਇਹਨਾਂ ਦਾ, ਪੁਲਿਸ ਵਾਲੇ ਸਾਨੂੰ ਦਬਕਾ ਮਾਰਦੇ ਨੇ ਵੀ ਇੱਥੋਂ ਚਲੋ, ਜਦੋਂ ਕੋਈ ਸਾਡਾ ਉੱਧਰ ਜਾ ਕੇ ਬੂਥ 'ਤੇ ਖੜਦਾ ਬੰਦਾ, ਜਦੋਂ ਇਹਨਾਂ ਦੇ 50-50 ਬੰਦੇ ਆਉਂਦੇ ਨੇ ਉਦੋਂ ਇਹਨਾਂ ਨੂੰ ਕੁਝ ਨਹੀਂ ਕਹਿੰਦੇ ਹੈਗੇ, ਅੰਦਰ ਤੱਕ ਵੀ ਜਾਏ ਆਉਂਦੇ ਨੇ ਇਹ ਅੰਦਰ। ਇਹਨਾਂ ਦੇ ਜਿਹੜੇ ਵਲੰਟੀਅਰ ਬੈਠੇ ਨੇ, ਇਹਨਾਂ ਨੇ ਆਪਣੇ ਬਿਠਾਏ ਹੋਏ ਨੇ ਪੋਲਿੰਗ ਏਜੰਟ, ਉਹ ਅੰਦਰ ਆਪਦਾ ਨਿਸ਼ਾਨ ਪਾਈ ਬੈਠੇ ਨੇ, ਸਾਡਿਆਂ ਨੂੰ ਕਹਿੰਦੇ ਨੇ ਨਿਸ਼ਾਨ ਨਹੀਂ ਪਾਉਣਾ ਹੈਗਾ ਤੁਸੀਂ ਇਹ। ਅਤੇ ਬਾਕੀ ਤੁਸੀਂ ਹੁਣ ਭਾਜਪਾ ਦਾ ਹਾਲ ਦੇਖ ਹੀ ਰਿਹਾ, ਨਾਲ ਆਪਣੇ ਪੋਲਿੰਗ ਲੱਗਿਆ ਹੋਈ, ਭਾਜਪਾ ਕੋਈ ਪੋਲਿੰਗ 'ਤੇ ਬੈਠਿਆ ਨਹੀਂ ਹੈਗਾ। ਜੇ ਜਿਹੜੀਆਂ ਸਰਕਾਰਾਂ ਦੀਆਂ, ਜੇ ਕਾਂਗਰਸ ਚਾਹੇ ਧੱਕੇਸ਼ਾਹੀ ਕਰ ਰਹੀ ਆ ਚਾਹੇ ਭਾਜਪਾ ਕਰ ਰਹੀ ਆ, ਇਹਨਾਂ ਨੂੰ ਮੂੰਹ ਤੋੜਵਾਂ ਲੋਕ ਜਵਾਬ ਦਿੰਦੇ ਨੇ। ਕਾਰਨ ਇਹੀ ਆ, ਜੇ ਮੋਦੀ ਸਰਕਾਰ ਅੱਜ ਕਿਸਾਨਾਂ ਦੇ ਨਾਲ ਇੰਨਾ ਮਾੜੇ ਹਾਲਾਤ ਕਰ ਰਹੀ ਆ ਤਾਂ ਉਹਨਾਂ ਦੇ ਅੱਜ ਬੂਥ 'ਤੇ ਵੀ ਨਹੀਂ ਕੋਈ ਬਹਿ ਰਿਹਾ, ਇਹੀ ਹਾਲਾਤ ਕਾਂਗਰਸ ਦੇ ਹੋਣੇ ਨੇ। ਅੱਜ ਕਾਂਗਰਸ ਧੱਕੇਸ਼ਾਹੀ ਕਰ ਰਹੀ ਆ, 2022 ਦੇ ਵਿੱਚ ਦੇਖਿਓ ਤੁਸੀਂ, ਇਹਨਾਂ ਦੇ ਬੂਥਾਂ 'ਤੇ ਵੀ ਕਿਸੇ ਨੇ ਬੈਠਿਆ ਨਹੀਂ ਕਰਨਾ, ਇਹਨਾਂ ਦੇ ਟਿਕਟਾਂ ਵੀ ਨਹੀਂ ਲਿਆ ਕਰਨੀਆਂ ਕਿਸੇ ਨੇ। ਸੋ ਬਿਲਕੁਲ ਜਿਸ ਤਰ੍ਹਾਂ ਜੱਸੀ ਸੋਈਆਂ ਨੇ ਦੱਸਿਆ ਵੀ ਇਹਨਾਂ ਦੇ ਬੂਥਾਂ 'ਤੇ ਨਹੀਂ ਬੈਠਾ ਜਾਵੇਗਾ, ਤੁਹਾਨੂੰ ਇੱਕ ਵਾਰ ਤਸਵੀਰਾਂ ਫਿਰ ਵੀ ਦੁਬਾਰਾ ਦਿਖਾ ਰਹੀ ਹਾਂ ਕਿਉਂਕਿ ਲਗਾਤਾਰ ਜਿਹੜਾ ਕਿਹਾ ਜਾ ਰਹੀ ਸੀ ਕਿਸਾਨੀ ਸੰਘਰਸ਼ ਆ ਰਿਹਾ ਜਿਹਦੇ ਵਿੱਚ ਹਰ ਵਰਗ ਸਾਥ ਦੇ ਰਿਹਾ ਸੀ, ਪਰ ਹਰ ਬੂਥ ਦੇ ਵਿੱਚ ਜੇਕਰ ਪਾਰਟੀ ਦੀ ਗੱਲ ਕੀਤੀ ਜਾਵੇ, ਆਮ ਆਦਮੀ ਪਾਰਟੀ ਦੀ ਗੱਲ ਕੀਤੀ ਜਾਵੇ, ਕਾਂਗਰਸ ਦੀ ਗੱਲ ਕੀਤੀ ਜਾਵੇ, ਅਕਾਲੀ ਦਲ ਦੀ ਗੱਲ ਕੀਤੀ ਜਾਵੇ, ਇੱਕ ਹੋਰ ਉਹਨਾਂ ਨੂੰ ਤਸਵੀਰ ਦਿਖਾ ਦਈਏ ਬੀਜੇਪੀ ਦੇ ਬੂਥ ਦੇ ਉੱਪਰ ਜਿਹੜਾ ਗਾਂ ਨੇ, ਜਾਣੀ ਕਿ ਆਪਾਂ ਕਹਿੰਦਾ ਗਾਂ ਨੇ ਕਬਜ਼ਾ ਕੀਤਾ ਹੋਇਆ, ਕਿਉਂਕਿ ਗਾਂ ਜਿਹੜੀ ਆ ਆਪਣੇ ਇਸ ਬੂਥ ਦੇ ਵਿੱਚ ਪਹੁੰਚ ਚੁੱਕੀ ਆ, ਉਹ ਵੀ ਜਿਹੜੀ ਹੁਣ ਭੱਜਣ ਨੂੰ ਤਿਆਰ ਆ, ਉਹ ਵੀ ਕਹਿੰਦੀ ਹੈ ਮੈਂ ਬੀਜੇਪੀ ਦਾ ਸਾਥ ਨਹੀਂ ਦੇਣਾ। ਸੋ ਦੂਸਰੀ ਤੁਸੀਂ ਤਸਵੀਰ ਦੇਖ ਸਕਦੇ ਹੋ, ਉੱਥੇ ਵੀ ਜਿਹੜੀ ਇੱਕ ਗਾਂ ਇਸ ਜਗ੍ਹਾ 'ਤੇ ਖੜੀ ਹੈ। ਕਿਤੇ ਨਾ ਕਿਤੇ ਆਪਾਂ ਗੱਲ ਕੀਤੀ ਜਾਵੇ ਕਿਸਾਨੀ ਸੰਘਰਸ਼ ਸੀ, ਲਗਾਤਾਰ ਕਿਸਾਨੀ ਸੰਘਰਸ਼ ਚੱਲ ਰਿਹਾ ਸੀ, ਪਰ ਜੋ ਮੋਦੀ ਸਰਕਾਰ ਵੱਲੋਂ ਕਿਸਾਨਾਂ ਦੇ ਲਈ ਗੱਲ ਕੀਤੀ ਜਾਵੇ ਤਾਂ ਜਿਹੜੇ ਕਾਨੂੰਨ ਜਿਹੜੇ ਪਾਸ ਕੀਤੇ ਗਏ ਸੀ ਉਸ ਨੂੰ ਜਿਹੜਾ ਵਾਪਸ ਨਹੀਂ ਲਿਆ ਗਿਆ, ਪਰ ਬੀਜੇਪੀ ਦੇ ਬੂਥ ਦੀ ਗੱਲ ਕੀਤੀ ਜਾਵੇ ਕੋਈ ਵੀ ਜਿਹੜਾ ਸਪੋਰਟਰ ਨਾਲ ਕੀ ਇਹਨਾਂ ਦੀ ਜਗ੍ਹਾ 'ਤੇ ਜਿਹੜਾ ਕੋਈ ਨਹੀਂ ਬੈਠ ਰਿਹਾ, ਪਰ ਜਿਹੜਾ ਕਬਜ਼ਾ ਉਹ ਗਾਂ ਨੇ ਕੀਤਾ ਹੋਇਆ ਬੀਜੇਪੀ ਦੀ। ਆਪਾਂ ਗੱਲ ਕੀਤੀ ਜਾਵੇ ਇਸ ਜਗ੍ਹਾ ਦੇ ਉੱਪਰ ਇੱਕ ਗਾਂ ਜਿਹੜੀ ਆ ਉਹ ਸਪੋਰਟਰ ਦੇ ਉੱਪਰ ਬੈਠੀ ਹੈ, ਪਰ ਜਿਹੜੀ ਉਹ ਵੀ ਆ ਉਹ ਹੁਣ ਭੱਜਣ ਨੂੰ ਤਿਆਰ ਹੈ। ਕਿਤੇ ਨਾ ਕਿਤੇ ਗੱਲ ਕੀਤੀ ਜਾਵੇ ਤਾਂ ਇਹ ਮੈਂ ਸਿੱਧਾ ਸਪਸ਼ਟ ਜਿਹੜੀਆਂ ਤੁਹਾਨੂੰ ਤਸਵੀਰਾਂ ਇਸ ਕਰਕੇ ਦਿਖਾ ਰਿਹਾ ਕਿਉਂਕਿ ਸਾਡੇ ਜਿਹੜਾ ਕੈਮਰੇ ਦੇ ਨਾਲ ਕੈਦ ਹੋ ਰਹੇ ਨੇ, ਇਹ ਸਿੱਧਾ ਇੱਕ ਲਾਈਵ ਤਸਵੀਰਾਂ ਨੇ ਕਿਉਂਕਿ ਲਗਾਤਾਰ ਜਿਹੜਾ ਕਿਸਾਨੀ ਸੰਘਰਸ਼ ਦੇ ਵਿੱਚ ਹਰ ਵਰਗ ਨੇ ਸਾਥ ਦਿੱਤਾ, ਪਰ ਹਾਲਾਤ ਇੱਦਾਂ ਦੇ ਹੋ ਗਏ ਕਿਹੜੇ ਬੀਜੇਪੀ ਜਿਹੜੇ ਬੂਥ ਦੇ ਉੱਪਰ ਜਿਹੜਾ ਆਪਾਂ ਕਹਿ ਸਕਦੇ ਹਾਂ ਜਿਹੜਾ ਬਾਹਰ ਜਿਹੜੀਆਂ ਸਟੇਜਾਂ ਲੱਗਦੀਆਂ ਨੇ ਉੱਥੇ ਵੀ ਜਿਹੜਾ ਕੋਈ ਵਰਕਰ ਸਾਹਿਬਾਨ ਜਿਹੜਾ ਸਪੋਰਟਰ ਜਿਹੜਾ ਬੈਠਣ ਨੂੰ ਨਹੀਂ ਤਿਆਰ ਹੈ। ਪਰ ਜਿਹੜੀ ਪਲ ਪਲ ਦੀ ਜਿਹੜੀ